ਜਲੰਧਰ ਪੱਛਮੀ ਦੀ ਜਦੋਂ ਜਿਮਨੀ ਚੋਣ ਸੀਗੀ ਤਾਂ ਅਸੀਂ ਇੱਥੇ ਇਹ ਘਰ ਜਿੱਥੋਂ ਮੈਂ ਬੋਲ ਰਿਹਾ ਇਸ ਵਕਤ ਇਹ ਅਸੀਂ ਰੈਂਟ 'ਤੇ ਲਿਆ ਅਤੇ ਨਾਲ ਅਸੀਂ ਪਬਲਿਕਲੀ ਇਹ ਐਲਾਨ ਕੀਤਾ ਸੀ ਕਿ ਹਫ਼ਤੇ 'ਚ ਘੱਟੋ ਘੱਟ 2 ਦਿਨ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਇੱਥੇ ਰਹੂਗਾ। ਹਾਲਾਂਕਿ 7 ਦਿਨ ਰਹੂਗਾ ਪਰ ਘੱਟੋ ਘੱਟ 2 ਦਿਨ ਮੈਂ ਇੱਥੇ ਹਫ਼ਤੇ 'ਚੋਂ 2 ਦਿਨ ਮੈਂ ਆਪ ਹਾਜ਼ਰੀ ਲਵਾਊਂਗਾ। ਅੱਜ ਉਸ ਜਲੰਧਰ ਪੱਛਮੀ ਦੀ ਬਹੁਤ ਵੱਡੀ ਜਿੱਤ ਤੋਂ ਬਾਅਦ ਸਾਡਾ ਅੱਜ ਪਹਿਲਾ ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ। ਕੱਲ੍ਹ ਨੂੰ ਵੀ ਹੈ, ਪੂਰਾ ਦਿਨ ਕੱਲ੍ਹ ਦਾ। ਤੁਸੀਂ ਸ਼ਾਇਦ ਆਪਣੇ ਕੈਮਰਿਆਂ ਰਾਹੀਂ ਦੇਖ ਹੀ ਲਿਆ ਹੋਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਿੱਜੀ ਕੰਮ ਹੋਣ ਭਾਵੇਂ ਉਹ ਸਮਾਜਿਕ ਕੰਮ ਹੋਣ, ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਅਤੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ, 1-to-1 ਅਟੈਂਡ ਕੀਤਾ ਜਾ ਰਿਹਾ। ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ, ਕਿਉਂਕਿ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ, ਤਾਂ ਨਾਲ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ, ਨਿਰਦੇਸ਼ ਦਿੱਤੇ ਜਾ ਰਹੇ ਨੇ ਅਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਉਹ ਵੀ ਹੱਲ ਹੋ ਰਹੇ ਨੇ। ਅੱਛਾ ਐਕਸਪੀਰੀਅੰਸ ਹੈ ਮੈਨੂੰ, ਬਹੁਤ ਚੰਗਾ ਖੁਦ ਨੂੰ ਲੱਗ ਰਿਹਾ ਕਿ ਲੋਕ ਆ ਰਹੇ ਨੇ। ਉਹ ਇਕੱਲਾ ਇੱਥੋਂ ਨਹੀਂ ਹੈ, ਲੋਕ ਪਠਾਨਕੋਟ ਤੋਂ ਵੀ, ਲੋਕ ਫਿਰੋਜ਼ਪੁਰ ਤੋਂ ਵੀ ਅੱਜ ਆਏ, ਕੋਈ ਜ਼ੀਰੇ ਤੋਂ ਵੀ ਆਏ, ਕਿਉਂਕਿ ਉਹਨਾਂ ਨੂੰ ਸ਼ਾਇਦ ਜਲੰਧਰ ਜ਼ਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲੋਂ। ਅਤੇ ਇਸੇ ਤਰ੍ਹਾਂ ਸਿਲਸਿਲਾ ਇਹ ਜਾਰੀ ਰਹੂਗਾ, ਹਰ ਹਫ਼ਤੇ 2 ਦਿਨ ਮੇਰੀ ਹਾਜ਼ਰੀ ਹੋਊਗੀ, ਬਾਕੀ 5 ਦਿਨ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਅਫਸਰ ਜਾਂ ਜ਼ਿੰਮੇਵਾਰ ਅਫਸਰ ਜਿਹੜੇ ਨੇ ਉਹ ਇੱਥੇ ਰਹਿਣਗੇ। ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਐਪਲੀਕੇਸ਼ਨ ਦੇ ਸਕਦਾ, ਜਿਹੜੀ ਕਿ ਸਕੈਨ ਹੋ ਕੇ ਜਾਂ ਫਿਰ ਉਹਨੂੰ ਉਸ ਐਪਲੀਕੇਸ਼ਨ ਨੂੰ ਅਸੀਂ ਡਿਪਾਰਟਮੈਂਟ ਦੇ ਥਰੂ ਪਹੁੰਚਾਵਾਂਗੇ। ਜੇ ਕੋਈ ਕਾਗਜ਼ਾਤ ਦੀ ਕਮੀ ਬਾਅਦ ਘਾਟ ਹੋਈ ਤਾਂ ਉਹ ਵਾਪਸ ਉਹਨਾਂ ਨੂੰ ਫੋਨ ਕੀਤਾ ਜਾਊਗਾ, ਬੈਕ ਕਾਲ ਕੀਤੀ ਜਾਊਗੀ ਉਹਨਾਂ ਬੰਦਿਆਂ ਨੂੰ ਅਤੇ ਉਹਨਾਂ ਦੇ ਕੰਮ ਹੋਣ। ਨਹੀਂ ਡਾਇਰੈਕਟ ਹੈ, ਫਿਲਹਾਲ ਤਾਂ ਤੁਸੀਂ ਆਪ ਵੀ ਮਿਲੇ ਹੋ, ਡਾਇਰੈਕਟ ਹੈ ਅਤੇ ਫਸਟ ਕਮ ਫਸਟ ਸਰਵਿਸ ਹੈ। ਹੁਣ ਵੀ ਅਜੇ 2 ਘੰਟੇ ਅਜੇ ਹੋਰ ਲੱਗਣਗੇ ਮੇਰੇ, ਸੋ ਇੱਕ ਛੋਟਾ ਜਿਹਾ ਬ੍ਰੇਕ ਲੈਣ ਲਈ ਮੈਂ ਆਇਆ ਸੀ। ਤੁਸੀਂ ਕਿਹਾ ਮੈਨੂੰ ਹਰ ਕਿਸਮ ਦੇ ਲੋਕਾਂ, ਦੇਖੋ ਹਰ ਕਿਸਮ ਦੀਆਂ ਸ਼ਿਕਾਇਤਾਂ ਜਦੋਂ ਹੋਵੇ ਨਾ, 75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ, ਤੋ ਭਾਵੇਂ ਉਹ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਿਤ ਸ਼ਿਕਾਇਤਾਂ ਨੇ, ਭਾਵੇਂ ਸਮਾਜਿਕ ਸ਼ਿਕਾਇਤਾਂ ਨੇ, ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ। ਇਹ ਵੀ ਅੱਛੀ ਗੱਲ ਹੈ ਕਿ ਸੁਝਾਅ ਆ ਰਹੇ ਨੇ ਕਿ ਐਂ ਕਰੋ ਜੀ, ਇਹਦੇ ਨਾਲ ਇੱਦਾਂ ਹੋਜੂਗਾ। ਔਰ ਇਹ NRI ਬੈਲਟ ਹੈ, ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਲੋਕ ਉਹ ਬਾਹਰ ਰਹਿੰਦੇ ਨੇ, ਵਿਦੇਸ਼ਾਂ 'ਚ ਰਹਿੰਦੇ ਨੇ, ਅਤੇ ਬਹੁਤ ਸਾਰੇ ਲੋਕ ਇਹ ਵੀ ਕਹਿਣ ਆਏ ਨੇ ਕਿ ਅਸੀਂ ਆਮ ਆਦਮੀ ਕਲੀਨਿਕ ਵਾਸਤੇ ਆਪਣੇ ਪਿੰਡ ਜਗ੍ਹਾ ਦੇਣ ਨੂੰ ਤਿਆਰ ਹਾਂ ਜੀ, ਸਾਡੇ ਪਿੰਡ ਹੋਸਪਿਟਲ ਖੋਲ੍ਹ ਦਿਉ, ਸਾਡੇ ਸਟੇਡੀਅਮ ਬਣਾ ਦਿਉ, ਸਾਡੇ ਸਕੂਲ ਬਣਾ। ਸੋ ਚੰਗੀ ਗੱਲ ਹੈ, ਔਰ ਦੁਆਬੇ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਪਹਿਲੀ ਵਾਰ ਹੋ ਰਿਹਾ। ਤੋ ਇੱਕ ਤਾਂ 150 ਤੋਂ 200 ਕਿਲੋਮੀਟਰ ਘੱਟੋ ਘੱਟ ਆਉਣ ਜਾਣ ਤਾਂ ਜ਼ਿਆਦਾ ਹੋਜੂਗਾ, ਇਕੱਲਾ ਜਾਣ ਹੀ ਕਰ ਲਈਏ ਤਾਂ 150 ਕਿਲੋਮੀਟਰ ਦੇ ਨੇੜੇ ਤੇੜੇ ਤਾਂ ਰਸਤਾ ਹੀ ਘਟੂਗਾ, ਦਿਹਾੜੀ ਬਚੂਗੀ। ਇੱਥੇ ਆ ਕੇ ਉਹ ਮਿਲਣਗੇ, 1-to-1 ਗੱਲ ਹੋਊਗੀ, ਵਧੀਆ ਤਰੀਕੇ ਨਾਲ ਗੱਲ ਹੋਊਗੀ। ਪੰਜਾਬ 'ਚ ਪਹਿਲਾਂ ਵੀ ਸੰਗਰੂਰ ਅਸੀਂ ਕਰਦੇ ਹਾਂ,
ਸੰਗਰੂਰ ਸਾਡੇ ਕੋਲ ਘਰ ਹੈ, ਤੋ ਸੰਗਰੂਰ ਤੋਂ ਵੀ ਜਦੋਂ ਸੰਗਰੂਰ ਜਾਂਦੇ ਹਾਂ ਤਾਂ ਅਸੀਂ ਅਨਾਊਂਸ ਕਰ ਦਿੰਦੇ ਹਾਂ, ਤਾਂ ਉੱਥੇ ਬਠਿੰਡੇ ਤੋਂ, ਮਾਨਸਾ ਤੋਂ, ਉੱਥੇ ਬਰਨਾਲੇ ਤੋਂ, ਉੱਥੇ ਭਦੌੜ ਤੋਂ, ਮਹਿਲ ਕਲਾਂ ਤੋਂ, ਸ਼ੇਰਪੁਰ ਤੋਂ, ਧੂਰੀ ਤੋਂ, ਉੱਥੇ ਵੀ ਲੋਕ ਆਉਂਦੇ ਆ, ਇੱਥੇ ਵੀ ਪੂਰਾ ਮਾਝਾ ਅਤੇ ਦੁਆਬਾ ਸਾਰਾ ਆਊਗਾ। ਤਾਂ ਚੰਗਾ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਉਦੋਂ ਤਾਂ ਅਸੀਂ ਘਰ ਘਰ ਜਾਂਦੇ ਹਾਂ, ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਹਾਂ, ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਹਾਂ ਤਾਂ ਉਦੋਂ ਅਸੀਂ ਕਹਿੰਦੇ ਨੇ ਇਕੱਲਾ ਚੰਡੀਗੜ੍ਹ ਹੀ ਆਓ ਜੀ। ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਏ ਸੀਗੇ 10 ਮਾਰਚ ਨੂੰ, ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ, ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ 'ਚੋਂ, ਕਸਬਿਆਂ 'ਚੋਂ, ਸ਼ਹਿਰਾਂ 'ਚੋਂ ਚੱਲਿਆ ਕਰੂਗੀ। ਸੋ ਸਰਕਾਰ ਤੁਹਾਡੇ ਦੁਆਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ, ਡਿਪਟੀ ਕਮਿਸ਼ਨਰ ਜਾਂ SSP ਜਾਂ ADC ਉਹ ਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਆ, ਕਈ ਜਗ੍ਹਾ 'ਤੇ ਰਜਿਸਟਰੀਆਂ ਵੀ ਪਿੰਡਾਂ ਜਾ ਕੇ ਹੁੰਦੀਆਂ, ਤਹਿਸੀਲਦਾਰ ਨਾਲ ਜਾਂਦੇ, ਅਤੇ ਇਸ ਤਰ੍ਹਾਂ ਮੇਰੇ ਦੁਆਬੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਹੋਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ। ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੇ ਕੰਮ ਕਰੋ। ਜੀ ਸਾਰੇ ਕਿਸਮ ਦੀਆਂ ਸ਼ਿਕਾਇਤਾਂ ਨੇ, ਤੁਸੀਂ ਕੰਮ ਕਰੋ, ਜਦੋਂ ਉਹ ਮੈਨੂੰ ਮਿਲ ਕੇ ਬਾਹਰ ਨਿਕਲਦੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਸਾਰੇ ਸਵਾਲ, ਤਾਂ ਉਹ ਦੱਸ ਦੇਣਗੇ ਕਿ ਕੀ ਹੱਲ ਹੋਇਆ ਉਹਦਾ, ਜਾਂ ਕਿਸ ਤਰ੍ਹਾਂ ਕਈ ਬੰਦੇ ਰੋਣ ਹੀ ਲੱਗ ਜਾਂਦੇ ਆ ਕਿਉਂਕਿ ਜ਼ਿੰਦਗੀ ਦਾ ਸਵਾਲ ਹੋ ਜਾਂਦਾ। ਕਈ ਬੰਦਿਆਂ ਦੇ ਇੱਕ 5-5 ਸਾਲ ਦੇ ਕੋਈ ਕੇਸ ਅੜੇ ਪਏ ਨੇ ਪੁਰਾਣੇ, ਐਵੇਂ ਕਿਸੇ ਅਫਸਰ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਦੀ ਜਿੱਦ ਕਰਕੇ ਜ਼ਿੰਦਗੀ ਹੋਈ ਖੜ ਗਈ, ਕਬੀਲਦਾਰੀ ਹੋਈ ਖੜ ਗਈ। ਸੋ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਆਉਣ ਉਹਨਾਂ ਨੂੰ ਇਨਸਾਫ ਮਿਲੇ, ਅਤੇ ਜਦੋਂ ਇੱਥੋਂ ਜਾਣ ਤਾਂ ਘੱਟੋ ਘੱਟ ਖੁਸ਼ ਹੋ ਕੇ ਜਾਣ, ਅਤੇ ਹਰੇਕ ਦੇ ਘਰੇ ਜਿਹੜਾ ਤਰੱਕੀ ਦਾ ਔਰ ਤੰਦਰੁਸਤੀ ਦਾ ਦੀਵਾ ਬਣੇ।